ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ। ਅੱਜ ਆਪਾਂ ਘਰ ਵਿੱਚ ਬਹੁਤ ਹੀ ਜ਼ਿਆਦਾ ਖਸਤਾ ਮਟਰੀ ਬਣਾ ਕੇ ਤਿਆਰ ਕਰਾਂਗੇ। ਮਟਰੀ ਖਾਣਾ ਸਭ ਨੂੰ ਬਹੁਤ ਜ਼ਿਆਦਾ ਪਸੰਦ ਹੁੰਦਾ ਹੈ, ਵੱਡੇ ਹੋਣ ਜਾਂ ਬੱਚੇ ਮਟਰੀ ਖਾਣਾ ਬਹੁਤ ਹੀ ਪਸੰਦ ਕਰਦੇ ਹਨ। ਅਤੇ ਹਲਵਾਈ ਤੋਂ ਵਧੀਆ ਮਟਰੀ ਆਪਾਂ ਘਰ ਵਿੱਚ ਬਣਾਵਾਂਗੇ, ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਾਂਗੀ ਉਸ ਤਰੀਕੇ ਨਾਲ ਇਹ ਮਟਰੀ ਬਹੁਤ ਜ਼ਿਆਦਾ ਖਸਤਾ ਬਣ ਕੇ ਤਿਆਰ ਹੋਏਗੀ। ਅਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਰਿਕੁਐਸਟ ਹੈ, ਜੇਕਰ ਤੁਸੀਂ ਪਹਿਲੀ ਵਾਰੀ ਮੇਰੇ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ। ਅਤੇ ਆਓ ਬਹੁਤ ਹੀ ਟੇਸਟੀ ਖਸਤਾ ਮਟਰੀ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ। ਹੁਣ ਆਪਾਂ ਇੱਕ ਖੁੱਲ੍ਹਾ ਬਰਤਨ ਲਵਾਂਗੇ ਅਤੇ ਇਹਦੇ ਵਿੱਚ ਆਪਾਂ 500 ਗ੍ਰਾਮ ਮੈਦਾ ਪਾਵਾਂਗੇ। ਮੈਦੇ ਨੂੰ ਮੈਂ ਛਾਣ ਕੇ ਲਿਆ ਹੈ ਅਤੇ 3 ਵੱਡੇ ਕੱਪ ਮੈਦੇ ਦੇ ਆਪਾਂ ਇੱਥੇ ਲਏ ਹਨ। ਅੱਧਾ ਚਮਚ ਇਹਦੇ ਵਿੱਚ ਆਪਾਂ ਅਜਵਾਇਨ ਐਡ ਕਰ ਦੇਵਾਂਗੇ। ਅਜਵਾਇਨ ਨੂੰ ਆਪਾਂ ਹੱਥਾਂ ਉੱਪਰ ਮਸਲ ਕੇ ਇਸ ਤਰੀਕੇ ਨਾਲ ਮਟਰੀ ਵਿੱਚ ਪਾਵਾਂਗੇ। ਅਜਵਾਇਨ ਪਾਉਣ ਨਾਲ ਮਟਰੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ। ਅੱਧਾ ਚਮਚਾ ਇਹਦੇ ਵਿੱਚ ਆਪਾਂ ਨਮਕ ਐਡ ਕਰ ਦੇਵਾਂਗੇ। 500 ਗ੍ਰਾਮ ਮਟਰੀ ਵਾਸਤੇ ਅੱਧਾ ਚਮਚ ਨਮਕ ਤਾਂ ਬਹੁਤ ਹੈ, ਇਸ ਤੋਂ ਜ਼ਿਆਦਾ ਨਮਕ ਐਡ ਨਹੀਂ ਕਰਾਂਗੇ। ਹੁਣ ਇਹ ਸਾਰੀਆਂ ਚੀਜ਼ਾਂ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਸਭ ਤੋਂ ਇੰਪੋਰਟੈਂਟ ਜਿਹੜਾ ਸਟੈਪ ਹੈ ਉਹ ਹੈਗਾ ਮੋਇਨ ਪਾਉਣਾ। ਇੱਥੇ ਮੈਂ ਦੇਸੀ ਘਿਓ ਲਿਆ ਹੈ, ਦੇਸੀ ਘਿਓ ਨੂੰ ਪਿਘਲਾ ਕੇ ਲਿਆ ਹੈ। 5 ਚਮਚ ਇੱਥੇ ਮੈਂ ਦੇਸੀ ਘਿਓ ਦੇ ਲਏ ਹਨ। ਤੁਸੀਂ ਇੱਥੇ ਰਿਫਾਇੰਡ ਆਇਲ ਜਾਂ ਕੋਈ ਵੀ ਆਪਣਾ ਕੁਕਿੰਗ ਆਇਲ ਲੈ ਸਕਦੇ ਹੋ, ਪਰ ਜਿਹੜਾ ਦੇਸੀ ਘਿਓ ਹੁੰਦਾ ਹੈ ਇਹਦੇ ਨਾਲ ਆਪਣੀ ਮਟਰੀ ਬਹੁਤ ਹੀ ਖਸਤਾ ਬਣ ਕੇ ਤਿਆਰ ਹੋਏਗੀ। ਹੁਣ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਮੈਦੇ ਵਿੱਚ ਮਿਕਸ ਕਰਾਂਗੇ। ਕੋਸ਼ਿਸ਼ ਕਰੋ ਤੁਸੀਂ ਜਿਹੜਾ ਮੋਇਨ ਪਾਉਣਾ ਹੈ ਉਹ ਤੁਸੀਂ ਘਿਓ ਦਾ ਹੀ ਪਾਓ, ਕਿਉਂਕਿ ਜਦੋਂ ਘਿਓ ਨਾਲ ਮੋਇਨ ਪਾਇਆ ਜਾਂਦਾ ਹੈ ਮਟਰੀ ਬਹੁਤ ਹੀ ਖਸਤਾ ਕੁਰਕਰੀ ਬਣ ਕੇ ਤਿਆਰ ਹੁੰਦੀ ਹੈ। ਚੰਗੀ ਤਰ੍ਹਾਂ ਮਲ ਮਲ ਕੇ ਆਪਾਂ ਘਿਓ ਸਾਰੇ ਆਟੇ ਨੂੰ ਲਗਾ ਦਿੱਤਾ ਹੈ। ਤੁਸੀਂ ਦੇਖੋ ਇਸ ਤਰੀਕੇ ਨਾਲ ਮੁੱਠੀ ਬਣਨੀ ਚਾਹੀਦੀ ਹੈ। ਜਦੋਂ ਮੈਦੇ ਦੀ ਮੁੱਠੀ ਬਣ ਜਾਏਗੀ ਆਪਣਾ ਪਰਫੈਕਟ ਜਿਹੜਾ ਹੈ ਘਿਓ ਆਪਾਂ ਇਹਦੇ ਵਿੱਚ ਪਾਇਆ ਹੈ। ਜੇ ਮੁੱਠੀ ਨਾ ਬਣੇ ਤੁਸੀਂ ਥੋੜ੍ਹਾ ਜਿਹਾ ਘਿਓ ਪਿਘਲਾ ਕੇ ਹੋਰ ਪਾ ਸਕਦੇ ਹੋ। ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਹੁਣ ਆਪਾਂ ਇਹ ਡੋ ਤਿਆਰ ਕਰਾਂਗੇ। ਇੱਕੋ ਵਾਰੀ ਜ਼ਿਆਦਾ ਪਾਣੀ ਨਹੀਂ ਪਾਉਣਾ, ਬਸ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਆਪਾਂ ਇਹ ਡੋ ਤਿਆਰ ਕਰਨਾ ਹੈ। ਡੋ ਜਿਹੜਾ ਹੈ ਆਪਾਂ ਬਹੁਤ ਜ਼ਿਆਦਾ ਸਖਤ ਨਹੀਂ ਰੱਖਣਾ ਨਾ ਬਹੁਤ ਜ਼ਿਆਦਾ ਸੌਫਟ ਰੱਖਣਾ ਹੈ, ਨੋਰਮਲ ਜਿਹਾ ਡੋ ਤਿਆਰ ਕਰਾਂਗੇ। ਜੇ ਆਪਾਂ ਡੋ ਨੂੰ ਬਿਲਕੁਲ ਵੱਟੇ ਵਰਗਾ ਸਖਤ ਕਰ ਲਵਾਂਗੇ ਤਾਂ ਰੋਟੀ ਬੇਲਣੀ ਮੁਸ਼ਕਿਲ ਹੋ ਜਾਏਗੀ। ਜੇ ਬਿਲਕੁਲ ਢਿੱਲਾ ਰੱਖਾਂਗੇ ਜਿਹੜੀ ਮਟਰੀ ਹੈ ਉਹ ਆਪਣੀ ਸੌਫਟ ਬਣੇਗੀ, ਮਤਲਬ ਕਿ ਮਟਰੀ ਆਪਣੀ ਜਿਹੜੀ ਹੈ ਉਹ ਕੁਰਕਰੀ ਨਹੀਂ ਬਣੇਗੀ। ਇਸ ਕਰਕੇ ਡੋ ਜਿਹੜਾ ਹੈ ਨੋਰਮਲ ਜਿਹਾ ਇਸ ਤਰੀਕੇ ਨਾਲ ਲਗਾ ਕੇ ਤਿਆਰ ਕਰਨਾ ਹੈ। ਦੋਨੋਂ ਹੱਥਾਂ ਨਾਲ ਚੰਗੀ ਤਰ੍ਹਾਂ ਆਪਾਂ ਮਲ ਮਲ ਕੇ ਇਹ ਡੋ ਤਿਆਰ ਕਰਨਾ ਹੈ। ਇਸ ਡੋ ਨੂੰ ਚੰਗੀ ਤਰ੍ਹਾਂ ਮਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਸਾਰਾ ਡੋ ਇਕੱਠਾ ਹੋ ਜਾਏਗਾ ਆਪਾਂ 1 ਚਮਚ ਇਹਦੇ ਉੱਪਰ ਤੇਲ ਜਾਂ ਘਿਓ ਪਾ ਕੇ ਇੱਕ ਵਾਰ ਫਿਰ ਤੋਂ ਚੰਗੀ ਤਰ੍ਹਾਂ ਮਲ ਲਵਾਂਗੇ। ਹੁਣ ਮਟਰੀ ਵਾਸਤੇ ਆਪਣਾ ਇਹ ਡੋ ਤਿਆਰ ਹੋਇਆ। ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਆਪਣਾ ਡੋ ਹੋਣਾ ਚਾਹੀਦਾ ਹੈ, ਬਹੁਤ ਜ਼ਿਆਦਾ ਢਿੱਲਾ ਜਾਂ ਬਹੁਤ ਜ਼ਿਆਦਾ ਸਖਤ ਨਹੀਂ ਚਾਹੀਦਾ। ਉੱਪਰ ਦੀ ਹਲਕਾ ਜਿਹਾ ਹੋਰ ਆਪਾਂ ਤੇਲ ਜਾਂ ਘਿਓ ਲਗਾ ਕੇ ਸਾਰੇ ਆਟੇ ਦੇ ਆਸੇ ਪਾਸੇ ਇਸ ਤਰੀਕੇ ਨਾਲ ਆਪਾਂ ਇਹ ਤੇਲ ਘਿਓ ਜਿਹੜਾ ਹੈ ਲਗਾ ਦੇਣਾ ਹੈ। ਤਾਂ ਉੱਪਰ ਦੀ ਆਪਾਂ ਇਹਦੇ ਉੱਪਰ ਕੱਪੜਾ ਪਾ ਕੇ ਯਾਨੀ ਕਿ ਪੋਣਾ ਪਾ ਕੇ ਇਹਨੂੰ 1/2 ਘੰਟੇ ਵਾਸਤੇ ਰੈਸਟ ਵਾਸਤੇ ਰੱਖ ਦੇਵਾਂਗੇ ਤਾਂ ਕਿ ਆਟਾ ਠਹਿਰ ਜਾਵੇ। ਡੋ ਨੂੰ ਪਏ ਨੂੰ ਇੱਥੇ ਹੁਣ 1/2 ਘੰਟਾ ਹੋ ਚੁੱਕਿਆ ਹੈ, ਰੈਸਟ ਆ ਚੁੱਕੀ ਹੈ। ਹੱਥਾਂ ਨੂੰ ਹਲਕਾ ਜਿਹਾ ਆਪਾਂ ਫਿਰ ਤੋਂ ਘਿਓ ਲਗਾ ਕੇ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਡੋ ਨੂੰ ਮਲ ਮਲ ਕੇ ਫਿਰ ਤੋਂ ਆਪਾਂ ਸੈੱਟ ਕਰਨਾ ਹੈ। ਇੱਥੇ ਹੁਣ ਆਪਾਂ ਪਾਣੀ ਦਾ ਬਿਲਕੁਲ ਵੀ ਯੂਜ਼ ਨਹੀਂ ਕਰਨਾ ਅਤੇ ਆਪਾਂ ਇੱਥੇ ਹੱਥਾਂ ਨੂੰ ਤੇਲ ਲਗਾ ਕੇ ਡੋ ਨੂੰ ਚੰਗੀ ਤਰ੍ਹਾਂ ਮਲ ਕੇ ਤਿਆਰ ਕਰ ਲਿਆ ਹੈ। ਹੁਣ ਮਟਰੀ ਬਣਾਉਣ ਵਾਸਤੇ ਆਪਣਾ ਡੋ ਦੇਖੋ ਬਿਲਕੁਲ ਤਿਆਰ ਹੋ ਗਿਆ ਹੈ। ਹੁਣ ਆਪਾਂ ਵੱਡੇ ਵੱਡੇ ਪੇੜੇ ਕਰਾਂਗੇ, ਬਹੁਤ ਜ਼ਿਆਦਾ ਛੋਟੇ ਪੇੜੇ ਨਹੀਂ ਕਰਾਂਗੇ। ਜਿੱਦਾਂ ਆਪਾਂ ਰੋਟੀ ਵਾਸਤੇ ਪੇੜਾ ਕਰਦੇ ਉਸ ਤੋਂ ਆਪਾਂ 2 ਗੁਣਾ ਵੱਡਾ ਪੇੜਾ ਕਰਕੇ ਤਿਆਰ ਕਰਾਂਗੇ ਤਾਂ ਕਿ ਆਪਣੀ ਮਟਰੀ ਜਿਹੜੀ ਹੈ ਉਹ ਜਲਦੀ ਬਣ ਜਾਵੇ। ਇਸ ਤਰੀਕੇ ਨਾਲ ਆਪਾਂ ਵੱਡੇ ਵੱਡੇ ਪੇੜੇ ਕਰ ਲਵਾਂਗੇ। ਸਾਰੇ ਪੇੜੇ ਆਪਾਂ ਇੱਕੋ ਵਾਰੀ ਕਰਕੇ ਰੱਖ ਲਵਾਂਗੇ। ਹੁਣ ਮੈਂ ਸਾਰੇ ਪੇੜੇ ਇੱਥੇ ਕਰਕੇ ਰੱਖ ਲਏ ਹਨ। ਹੁਣ ਆਪਾਂ ਮਟਰੀ ਵਾਸਤੇ ਰੋਟੀਆਂ ਬਣਾ ਕੇ ਤਿਆਰ ਕਰਾਂਗੇ। ਇੱਥੇ ਮੈਂ ਚੌਪਿੰਗ ਬੋਰਡ ਲਿਆ ਹੈ, ਤੁਸੀਂ ਇੱਥੇ ਚੱਕਲਾ ਵੀ ਲੈ ਸਕਦੇ ਹੋ। ਅਤੇ ਬੇਲਣੇ ਨੂੰ ਹਲਕਾ ਜਿਹਾ ਆਪਾਂ ਇਸ ਤਰੀਕੇ ਨਾਲ ਤੇਲ ਲਗਾ ਕੇ ਆਸਾਨੀ ਨਾਲ ਇਹ ਰੋਟੀ ਬੇਲੀ ਜਾ ਸਕਦੀ ਹੈ। ਇਸ ਤਰੀਕੇ ਨਾਲ ਆਪਾਂ ਪ੍ਰੈਸ਼ਰ ਦੇ ਕੇ ਭਾਰ ਦੇ ਕੇ ਇਹ ਰੋਟੀ ਤਿਆਰ ਕਰਾਂਗੇ, ਕਿਉਂਕਿ ਮੈਦਾ ਹੈ ਥੋੜ੍ਹਾ ਜਿਹਾ ਇਹਨੂੰ ਬੇਲਣਾ ਮੁਸ਼ਕਿਲ ਹੋ ਜਾਂਦਾ ਹੈ, ਜਿੱਦਾਂ ਜਿੱਦਾਂ ਬੇਲਾਂਗੇ ਉੱਦਾਂ ਉੱਦਾਂ ਹੋਰ ਇਕੱਠਾ ਹੋਏਗਾ। ਇਸ ਕਰਕੇ ਪ੍ਰੈਸ਼ਰ ਦੇ ਕੇ ਆਪਾਂ ਬੇਲੇ ਨੂੰ ਇਹਨੂੰ ਆਪਾਂ ਇਸ ਤਰੀਕੇ ਨਾਲ ਬੇਲ ਕੇ ਤਿਆਰ ਕਰਨਾ ਹੈ। ਇਸ ਰੋਟੀ ਨੂੰ ਆਪਾਂ ਬਹੁਤ ਜ਼ਿਆਦਾ ਪਤਲਾ ਨਹੀਂ ਕਰਨਾ ਨਾ ਬਹੁਤ ਜ਼ਿਆਦਾ ਮੋਟਾ ਰੱਖਣਾ ਹੈ, ਬਸ ਨੋਰਮਲ ਜਿਹੀ ਰੋਟੀ ਬੇਲ ਕੇ ਤਿਆਰ ਕਰਨੀ ਹੈ। ਤਾਂ ਮੈਂ ਦਿਖਾਉਂਦੀ ਹਾਂ ਆਪਾਂ ਕਿਸ ਤਰ੍ਹਾਂ ਦੀ ਰੋਟੀ ਬੇਲ ਕੇ ਤਿਆਰ ਕੀਤੀ ਹੈ।
ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਆਪਾਂ ਰੋਟੀ ਬੇਲੀ ਹੈ, ਨਾ ਬਹੁਤ ਜ਼ਿਆਦਾ ਪਤਲੀ ਹੈ ਨਾ ਬਹੁਤ ਜ਼ਿਆਦਾ ਮੋਟੀ ਹੈ। ਹੁਣ ਆਪਾਂ ਮਟਰੀ ਦੀ ਕਟਿੰਗ ਕਰਾਂਗੇ। ਤੁਸੀਂ ਇੱਥੇ ਲੰਬੀ ਲੰਬੀ ਮਟਰੀ ਜਾਂ ਫਿਰ ਛੋਟੀ ਮਟਰੀ ਜਿਸ ਤਰ੍ਹਾਂ ਦੀ ਤੁਹਾਨੂੰ ਪਸੰਦ ਹੋਵੇ ਕੱਟ ਸਕਦੇ ਹੋ, ਅਤੇ ਮੈਂ ਇੱਥੇ ਨੋਰਮਲ ਜਿਹੇ ਪੀਸ ਕੱਟ ਕੇ ਤਿਆਰ ਕਰਾਂਗੀ। ਇਸ ਤਰੀਕੇ ਨਾਲ ਆਪਾਂ ਪਹਿਲਾਂ ਕੱਟ ਲਗਾ ਲਵਾਂਗੇ। ਹੁਣ ਜਿਹੜੇ ਸਾਈਡ ਤੋਂ ਆਪਾਂ ਕੱਟਣਾ ਸਟਾਰਟ ਕੀਤਾ ਸੀ ਉਹ ਸਾਈਡ ਥੋੜ੍ਹੀ ਮੋਟੀ ਹੋ ਜਾਂਦੀ, ਕਿਉਂਕਿ ਜਦੋਂ ਆਪਾਂ ਨਾਈਫ ਨਾਲ ਖਿੱਚਦੇ ਹਾਂ ਉਸ ਸਾਈਡ ਜਿਹੜੀ ਹੈ ਮੈਦਾ ਖਿੱਚਿਆ ਜਾਂਦਾ ਹੈ, ਥੋੜ੍ਹਾ ਮੋਟਾ ਹੋ ਗਿਆ ਹੈ ਉਹ ਆਪਾਂ ਜਿਹੜੀ ਹੈ ਸਾਈਡ ਉਹਨੂੰ ਆਪਾਂ ਇਸ ਤਰੀਕੇ ਨਾਲ ਕੱਢ ਦੇਵਾਂਗੇ। ਫਿਰ ਤੋਂ ਆਪਾਂ ਇਹਨੂੰ ਬੇਲ ਕੇ ਤਿਆਰ ਕਰ ਲਵਾਂਗੇ, ਅਤੇ ਬਾਕੀ ਦੀ ਸਾਰੀ ਮਟਰੀ ਜਿਹੜੀ ਹੈ ਉਹ ਆਪਾਂ ਚੁੱਕ ਕੇ ਇੱਕ ਥਾਲੀ ਵਿੱਚ ਜਾਂ ਪਲੇਟ ਵਿੱਚ ਰੱਖਦੇ ਜਾਵਾਂਗੇ। ਦੇਖੋ ਇਸ ਤਰ੍ਹਾਂ ਦੀ ਆਪਾਂ ਮਟਰੀ ਬੇਲ ਕੇ ਤਿਆਰ ਕੀਤੀ ਹੈ, ਇਸ ਤਰ੍ਹਾਂ ਦੇ ਪੀਸ ਹੋਣੇ ਚਾਹੀਦੇ ਹਨ। ਸਾਰੇ ਕੱਟੇ ਹੋਏ ਪੀਸ ਆਪਾਂ ਥਾਲੀ ਵਿੱਚ ਇਸ ਤਰੀਕੇ ਨਾਲ ਰੱਖ ਲਵਾਂਗੇ, ਉੱਪਰ ਨੀਚੇ ਰੱਖਦੇ ਜਾਓ, ਕੋਈ ਪ੍ਰੋਬਲਮ ਨਹੀਂ। ਜਦੋਂ ਆਪਾਂ ਫਰਾਈ ਕਰਾਂਗੇ ਸਾਰੇ ਵੱਖਰੇ ਵੱਖਰੇ ਆਪਣੇ ਆਪ ਹੀ ਹੋ ਜਾਣਗੇ। ਸਾਰੀਆਂ ਮਟਰੀਆਂ ਕੱਟ ਕੇ ਹੁਣ ਮੈਂ ਦੋ ਥਾਲੀਆਂ ਵਿੱਚ ਰੱਖ ਲਈਆਂ ਹਨ, ਥੋੜ੍ਹਾ ਆਪਾਂ ਫਰਾਈ ਕਰਾਂਗੇ। ਕੜਾਹੀ ਵਿੱਚ ਹੁਣ ਮੈਂ ਤੇਲ ਪਾ ਕੇ ਰੱਖਿਆ ਹੋਇਆ ਹੈ, ਤੇਲ ਨੂੰ ਆਪਾਂ ਪਹਿਲਾਂ ਗਰਮ ਕਰਾਂਗੇ, ਫਿਰ ਆਪਾਂ ਗੈਸ ਦੀ ਫਲੇਮ ਲੋਅ ਕਰ ਦੇਵਾਂਗੇ। ਤੁਸੀਂ ਇੱਥੇ ਤੇਲ ਕੁਕਿੰਗ ਓਇਲ ਜਿਹੜਾ ਵਰਤਦੇ ਹੋ ਉਹ ਲੈ ਸਕਦੇ ਹੋ। ਇੱਕ ਪੀਸ ਆਪਾਂ ਪਹਿਲਾਂ ਪਾ ਕੇ ਦੇਖਾਂਗੇ। ਤੇਲ ਆਪਣਾ ਬਿਲਕੁਲ ਪਰਫੈਕਟ ਗਰਮ ਹੋ ਗਿਆ ਹੈ। ਹੁਣ ਆਪਾਂ ਇਹਦੇ ਵਿੱਚ ਇਸ ਤਰੀਕੇ ਨਾਲ ਮਟਰੀ ਪਾਉਂਦੇ ਜਾਵਾਂਗੇ। ਆਪਾਂ ਇਕੱਠੇ ਪੀਸ ਇਸ ਤਰੀਕੇ ਨਾਲ ਪਾਏ ਹਨ ਦੋ ਤਿੰਨ ਵਾਰੀ ਕਰਕੇ, ਮਟਰੀ ਆਪਣੇ ਆਪ ਜਦੋਂ ਗਰਮ ਹੋਏਗੀ ਤੇਲ ਵਿੱਚ ਆਪਣੇ ਆਪ ਖੁੱਲ੍ਹਣੀ ਸ਼ੁਰੂ ਹੋ ਜਾਏਗੀ। ਇੱਕ ਵਾਰੀ ਆਪਾਂ ਇਸ ਤਰੀਕੇ ਨਾਲ ਮਟਰੀ ਨੂੰ ਹਿਲਾ ਦੇਵਾਂਗੇ ਤਾਂ ਕਿ ਸਾਰੇ ਪੀਸ ਇਕੱਲੇ ਇਕੱਲੇ ਹੋ ਜਾਣ। ਜਦੋਂ ਮਟਰੀ ਇਸ ਤਰੀਕੇ ਨਾਲ ਤੇਲ ਵਿੱਚ ਪਾਈ ਜਾਂਦੀ ਹੈ ਆਪਣੇ ਆਪ ਇਕੱਲੀ ਇਸ ਤਰੀਕੇ ਨਾਲ ਹੋਣੀ ਸ਼ੁਰੂ ਹੋ ਜਾਂਦੀ ਹੈ, ਜੁੜਦੀ ਬਿਲਕੁਲ ਨਹੀਂ ਹੈ। ਹੁਣ ਤੁਸੀਂ ਦੇਖੋ ਮਟਰੀ ਸਾਰੀ ਇਕੱਲੀ ਇਕੱਲੀ ਹੋ ਗਈ ਹੈ, ਅਤੇ ਇੱਥੇ ਆਪਾਂ ਗੈਸ ਦੀ ਫਲੇਮ ਜਿਹੜੀ ਹੈ ਲੋ ਟੂ ਮੀਡੀਅਮ ਰੱਖਾਂਗੇ, ਅਤੇ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਆਪਾਂ ਇਹ ਮਟਰੀ ਫਰਾਈ ਕਰਨੀ ਹੈ ਤਾਂ ਕਿ ਅੰਦਰ ਤੱਕ ਚੰਗੀ ਤਰ੍ਹਾਂ ਮਟਰੀ ਪੱਕ ਜਾਵੇ। ਮਟਰੀ ਦਾ ਕਲਰ ਹੁਣ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ, ਬਸ ਹਲਕਾ ਜਿਹਾ ਆਪਾਂ ਇਹਨੂੰ ਹੋਰ ਫਰਾਈ ਕਰਨਾ ਹੈ। ਇਸ ਤਰ੍ਹਾਂ ਆਪਾਂ ਵਿੱਚ ਵਿੱਚ ਮਟਰੀ ਨੂੰ ਹਿਲਾਉਂਦੇ ਰਵਾਂਗੇ। ਮਟਰੀ ਦਾ ਕਲਰ ਤੁਸੀਂ ਦੇਖੋ ਹੁਣ ਬਿਲਕੁਲ ਜਿਹੜਾ ਹੈ ਲਾਈਟ ਜਾਂ ਗੋਲਡਨ ਹੋ ਗਿਆ ਹੈ, ਤਾਂ ਹੁਣ ਆਪਾਂ ਇਹ ਮਟਰੀ ਜਿਹੜੀ ਹੈ ਤੇਲ ਵਿੱਚੋਂ ਬਾਹਰ ਕੱਟ ਲਵਾਂਗੇ। ਇਸ ਤੋਂ ਜ਼ਿਆਦਾ ਫਰਾਈ ਨਹੀਂ ਕਰਾਂਗੇ ਕਿਉਂਕਿ ਮਟਰੀ ਬਹੁਤ ਜ਼ਿਆਦਾ ਗਰਮ ਹੈ, ਤਾਂ ਪਈ ਪਈ ਥੋੜ੍ਹੀ ਜਿਹੀ ਹੋਰ ਡਾਰਕ ਹੋ ਜਾਏਗੀ। ਕਿੰਨੀ ਜ਼ਿਆਦਾ ਖਸਤਾ ਇੱਕਦਮ ਗੋਲਡਨ ਜਿਹੀ ਮਟਰੀ ਬਣ ਕੇ ਤਿਆਰ ਹੋਈ ਹੈ, ਅਤੇ ਇਹਨੂੰ ਹੁਣ ਆਪਾਂ ਇੱਕ ਪਲੇਟ ਵਿੱਚ ਰੱਖਦੇ ਜਾਵਾਂਗੇ। ਸਾਰੀ ਮਟਰੀ ਹੁਣ ਮੈਂ ਇਸੇ ਤਰੀਕੇ ਨਾਲ ਫਰਾਈ ਕਰ ਲਈ ਹੈ। ਦੇਖੋ ਕਿੰਨਾ ਵਧੀਆ ਕਲਰ ਆਇਆ ਹੈ, ਬਹੁਤ ਹੀ ਜ਼ਬਰਦਸਤ ਇੱਕਦਮ ਹਲਵਾਈ ਸਟਾਈਲ ਆਪਣੀ ਮਟਰੀ ਬਣ ਕੇ ਤਿਆਰ ਹੋਈ ਹੈ, ਅਤੇ ਹਲਵਾਈ ਤੋਂ ਕਿਤੇ ਜ਼ਿਆਦਾ ਵਧੀਆ ਆਪਾਂ ਸਫਾਈ ਨਾਲ ਇਸ ਮਟਰੀ ਨੂੰ ਘਰ ਵਿੱਚ ਬਣਾ ਕੇ ਤਿਆਰ ਕੀਤਾ ਹੈ। ਹੁਣ ਆਪਣੀ ਬਹੁਤ ਹੀ ਖਸਤਾ ਇੱਕਦਮ ਕੁਰਕਰੀ ਨਮਕੀਨ ਮਟਰੀ ਬਣ ਕੇ ਬਿਲਕੁਲ ਤਿਆਰ ਹੈ, ਬਹੁਤ ਵਧੀਆ ਮਟਰੀ ਬਣ ਕੇ ਤਿਆਰ ਹੋਈ ਹੈ। ਠੰਡੀ ਹੋ ਕੇ ਮਟਰੀ ਹੋਰ ਵੀ ਜ਼ਿਆਦਾ ਖਸਤਾ ਹੋ ਗਈ ਹੈ, ਤੁਸੀਂ ਇਸ ਮਟਰੀ ਨੂੰ ਕਿਸੇ ਵੀ ਏਅਰ ਟਾਈਟ ਕੰਟੇਨਰ ਵਿੱਚ ਪਾ ਕੇ 1 ਤੋਂ 1.5 ਮਹੀਨੇ ਵਾਸਤੇ ਸਟੋਰ ਕਰਕੇ ਰੱਖ ਸਕਦੇ ਹੋ, ਮਟਰੀ ਇਸੇ ਤਰ੍ਹਾਂ ਦੀ ਹੀ ਰਹੇਗੀ। ਹੁਣ ਤੁਸੀਂ ਵੀ ਇਸ ਦੀਵਾਲੀ 'ਤੇ ਆਪਣੇ ਬੱਚਿਆਂ ਵਾਸਤੇ ਇਹ ਵਾਲੀ ਮਟਰੀ ਘਰ ਵਿੱਚ ਜ਼ਰੂਰ ਟਰਾਈ ਕਰਨਾ, ਫਿਰ ਮੈਨੂੰ ਦੱਸਣਾ ਕਿ ਤੁਹਾਡੀ ਮਟਰੀ ਕਿਸ ਤਰ੍ਹਾਂ ਬਣੀ। ਤਾਂ ਫਿਰ ਮਿਲਦੇ ਹਾਂ ਕਿਸੇ ਇਸ ਤਰ੍ਹਾਂ ਦੀ ਹੋਰ ਟੇਸਟੀ ਅਤੇ ਡਿਲੀਸ਼ੀਅਸ ਰੈਸਪੀ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।